ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪਰਮਿੰਦਰਜੀਤ ਸਿੰਘ ਅੱਜ ਹਾਜ਼ਰ ਹੋਇਆ ਹਾਂ ਕੁੰਡਲੀਨੀ ਸ਼ਕਤੀ ਦੇ ਨਾਲ ਸੰਬੰਧਿਤ ਇੱਕ ਨਵੀਂ ਵੀਡੀਓ ਲੈ ਕੇ। ਜੋ ਅੱਜ ਦੀ ਇਹ ਵੀਡੀਓ ਹੈ, ਇਹ ਬੱਚਿਆਂ ਦੀ ਕੁੰਡਲੀਨੀ ਸ਼ਕਤੀ ਦੇ ਨਾਲ ਸੰਬੰਧਿਤ ਹੈ। ਬੱਚਿਆਂ ਦੇ ਵਿੱਚ ਕੁੰਡਲੀਨੀ ਸ਼ਕਤੀ ਐਕਟਿਵ ਕਦੋਂ ਹੁੰਦੀ ਹੈ ਅਤੇ ਇਹ ਕਿਵੇਂ ਬਲੌਕ ਹੋ ਜਾਂਦੀ ਹੈ। ਜਦੋਂ ਇਹ ਬੱਚਿਆਂ ਦੇ ਵਿੱਚ ਕੁੰਡਲੀਨੀ ਸ਼ਕਤੀ ਬਲੌਕ ਹੁੰਦੀ ਹੈ ਤਾਂ ਬੱਚਿਆਂ ਵਿੱਚ ਕੀ ਬਦਲਾਅ ਆਉਂਦੇ ਹਨ, ਇਹ ਅੱਜ ਜੋ ਵੀਡੀਓ ਹੈ ਬਹੁਤ ਹੀ ਰੋਚਕ ਹੋਣ ਵਾਲੀ ਹੈ। ਅਤੇ ਇਹ ਵੀਡੀਓ ਉਹਨਾਂ ਮਾਪਿਆਂ ਦੇ ਲਈ ਹੈ ਜਿਨ੍ਹਾਂ ਦੇ ਬੱਚੇ ਬਹੁਤ ਜ਼ਿਆਦਾ ਚਿੜਚਿੜੇ ਹਨ ਅਤੇ ਜਿਨ੍ਹਾਂ ਦੇ ਬੱਚੇ ਬਹੁਤ ਜ਼ਿਆਦਾ ਵਰਲਾਪ ਕਰਦੇ ਹਨ, ਬਿਮਾਰ ਰਹਿੰਦੇ ਹਨ, ਇਹ ਉਹਨਾਂ ਦੇ ਲਈ ਹੈ ਇਹ ਵੀਡੀਓ। ਆਪਾਂ ਜੋ ਅੱਜ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ, ਇਹ ਬੱਚਿਆਂ ਦੀ ਕੁੰਡਲੀਨੀ ਸ਼ਕਤੀ ਨਾਲ ਸੰਬੰਧਿਤ ਹੈ। ਦੋਸਤੋ, ਹੁਣ ਤੱਕ ਅਸੀਂ ਜੋ ਵੀ ਵੀਡੀਓ ਲੈ ਕੇ ਆਏ ਹਾਂ, ਅਡਲਟ ਵੱਡੇ ਲੋਕਾਂ ਦੇ ਕੁੰਡਲੀਨੀ ਸ਼ਕਤੀ ਦੇ ਨਾਲ ਸੰਬੰਧਿਤ ਵੀਡੀਓ ਲੈ ਕੇ ਆਏ ਹਾਂ। ਅਤੇ ਅੱਜ ਆਪਾਂ ਜਿਹੜੀ ਮੇਨ ਜੋ ਸਭ ਤੋਂ ਖਾਸ ਅਤੇ ਜ਼ਰੂਰੀ ਹੈ, ਉਹ ਬੱਚਿਆਂ ਦੀ ਕੁੰਡਲੀਨੀ ਸ਼ਕਤੀ ਹੈ। ਦੋਸਤੋ, ਜਦੋਂ ਬੱਚਾ ਆਪਣੇ ਮਾਂ ਦੇ ਗਰਭ ਦੇ ਵਿੱਚ ਹੁੰਦਾ ਹੈ ਤਾਂ ਉਸ ਦੀ ਚੇਤਨਾ ਨਹੀਂ ਹੁੰਦੀ, ਉਹ ਬ੍ਰਹਿਮੰਡੀ ਮਨ ਦੇ ਵਿੱਚ ਹੁੰਦਾ ਹੈ, ਬ੍ਰਹਮ ਦੇ ਵਿੱਚ ਹੁੰਦਾ ਹੈ, ਉਸ ਦੇ ਵਿੱਚ ਕੋਈ ਖਿਆਲ ਨਹੀਂ ਹੁੰਦਾ, ਉਸ ਦੇ ਵਿੱਚ ਸਿਰਫ ਮਾਂ ਦੀਆਂ ਭਾਵਨਾਵਾਂ ਹੁੰਦੀਆਂ ਹਨ, ਮਾਂ ਦੇ ਹੀ ਖਿਆਲ ਹੁੰਦੇ ਹਨ, ਮਾਂ ਦੇ ਹੀ ਚੇਤੇ ਹੁੰਦੇ ਹਨ। ਉਦੋਂ ਬੱਚਾ ਉਸ ਪਰਮੇਸ਼ਵਰ ਦੀ ਗੋਦ ਦੇ ਵਿੱਚ ਹੁੰਦਾ ਹੈ, ਪਰਮੇਸ਼ਵਰ ਹੀ ਉਸਦੀ ਦੇਖ ਭਾਲ ਕਰ ਰਿਹਾ ਹੁੰਦਾ ਹੈ। ਸੋ ਦੋਸਤੋ, ਉਸ ਸਮੇਂ ਬੱਚੇ ਦੇ ਕੁੰਡਲੀਨੀ ਚੱਕਰ ਐਕਟਿਵ ਹੁੰਦੇ ਹਨ, ਕੋਈ ਉਹਨਾਂ 'ਚ ਸਮੱਸਿਆ ਨਹੀਂ ਹੁੰਦੀ, ਕਿਉਂਕਿ ਬੱਚੇ 'ਚ ਚੇਤਨਾ ਹੀ ਨਹੀਂ। ਜਦੋਂ ਬੱਚੇ 'ਚ ਚੇਤਨਾ ਹੀ ਨਹੀਂ, ਬੱਚੇ 'ਚ ਕੋਈ ਪਾਪ ਨਹੀਂ, ਕੋਈ ਚੁਗਲੀ ਨਹੀਂ, ਕੋਈ ਨਿੰਦਿਆ ਨਹੀਂ, ਤਾਂ ਉਦੋਂ ਉਹ ਕੁੰਡਲੀਨੀ ਚੱਕਰ ਜਿਹੜੇ ਹੁੰਦੇ ਆ ਉਹ ਬੈਲੈਂਸ ਹੁੰਦੇ ਆ, ਸਾਸਰਾ ਚੱਕਰ ਐਕਟਿਵ ਹੁੰਦਾ। ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਬੱਚੇ ਦਾ ਇਹ ਵਾਲਾ ਜੋ ਤਾਲੂ ਆ ਬਹੁਤ ਨਰਮ ਹੁੰਦਾ, ਇਹ ਤਾਂ ਕਹਿ ਸਕਦੇ ਕਿ ਉਦੋਂ ਹੱਡੀਆਂ ਦਾ ਜਿਹੜਾ ਢਾਂਚਾ ਪੂਰੀ ਤਰ੍ਹਾਂ ਸਟਰੋਂਗ ਨਹੀਂ ਹੋਇਆ ਹੁੰਦਾ, ਤਾਂ ਵੀ ਇਹ ਤਾਲੂਆ ਨਰਮ ਹੁੰਦਾ। ਪਰ ਅਧਿਆਤਮਿਕ ਤੌਰ 'ਤੇ ਇਹ ਵੀ ਕਿਹਾ ਜਾਂਦਾ ਕਿ ਇਹ ਸਾਸਰਾ ਚੱਕਰ ਐਕਟਿਵ ਹੁੰਦਾ, ਇਹ ਤਦ ਵੀ ਨਰਮ ਹੁੰਦਾ, ਕਿਉਂਕਿ ਜਦੋਂ ਅਸੀਂ ਅਭਿਆਸ ਦੀ ਗੱਲ ਕਰ ਰਹੇ ਸੀ, ਜਦੋਂ ਅਸੀਂ ਅਭਿਆਸ ਦੇ ਵਿੱਚ ਉਤਰੇ ਸੀ ਤਾਂ ਸਾਡੇ ਸਿਰ ਦੇ ਉੱਤੇ ਇਸ ਜਗ੍ਹਾ 'ਤੇ ਕੁਝ ਦਿਨ ਥੋੜ੍ਹਾ ਥੋੜ੍ਹਾ ਮੱਠਾ ਮੱਠਾ ਦਰਦ ਹੁੰਦਾ ਰਿਹਾ ਅਤੇ ਸਾਡੀ ਇਹ ਵਾਲੇ ਜਿਹੜੀ ਜਗ੍ਹਾ ਹੈ ਇਹ ਜਗ੍ਹਾ ਦੇ ਉੱਤੇ ਇੱਕ ਬਹੁਤ ਹੀ ਕੋਮਲ ਝਿੱਲੀ ਬਣਨੀ ਸ਼ੁਰੂ ਹੋ ਗਈ। ਜਦੋਂ ਅਸੀਂ ਕੁੰਡਲੀਨੀ ਸ਼ਕਤੀ ਨੂੰ ਐਕਟਿਵ ਕਰਨ ਦੇ ਵਿੱਚ ਲੱਗੇ ਹੋਏ ਸੀ, ਆਪਣੀ ਕੁੰਡਲੀ ਸ਼ਕਤੀ ਨੂੰ ਸਮਝਣ ਦੇ ਵਿੱਚ ਲੱਗੇ ਹੋਏ ਸੀ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਬੜੇ ਦੁੱਖ ਤਕਲੀਫਾਂ ਵਿੱਚ ਸੀ, ਬਹੁਤ ਜ਼ਿਆਦਾ ਬਿਮਾਰੀਆਂ ਨੇ ਸਾਨੂੰ ਘੇਰ ਰੱਖਿਆ ਸੀ, ਬੜੀਆਂ ਚਿੰਤਾਵਾਂ ਸੀ, ਬੜੇ ਰੋਗ ਸੀ, ਹਰ ਤਰ੍ਹਾਂ ਦੀ ਜ਼ਿੰਦਗੀ ਵਿੱਚ ਮੁਸ਼ਕਲ ਸੀ, ਕੋਈ ਚੰਗਾ ਦੋਸਤ ਨਹੀਂ ਸੀ, ਕੋਈ ਚੰਗਾ ਨਹੀਂ ਸਮਝਦਾ ਸੀ। ਪਰ ਜਿਉਂ ਹੀ ਅਸੀਂ ਕੁੰਡਲੀ ਸ਼ਕਤੀ ਨੂੰ ਸਮਝਿਆ, ਆਪਣੀ ਜ਼ਿੰਦਗੀ ਵਿੱਚ ਉਸ ਸ਼ਕਤੀ ਨੂੰ ਆਪਣੇ ਹੇਠ ਤੋਂ ਉਤਾਂਹ ਵੱਲ ਲੈ ਕੇ ਆਏ, ਤਾਂ ਸਾਡੀ ਜ਼ਿੰਦਗੀ 'ਚ ਬਹੁਤ ਕੁਝ ਬਦਲਾਅ ਹੋ ਗਿਆ। ਹੁਣ ਆਪਾਂ ਮੁੜਦੇ ਹਾਂ ਮੇਨ ਵਿਸ਼ੇ ਦੇ ਉੱਤੇ। ਦੋਸਤੋ, ਜਦੋਂ ਬੱਚਾ ਜਨਮ ਲੈਂਦਾ ਉਦੋਂ ਉਸਦੀ ਕੁੰਡਲੀਨੀ ਸ਼ਕਤੀ ਐਕਟਿਵ ਹੁੰਦੀ ਹੈ। ਜਦੋਂ ਤੱਕ ਬੱਚੇ ਦੀ ਚੇਤਨਾ ਪੂਰਨ ਤੌਰ 'ਤੇ ਵਿਕਸਿਤ ਨਹੀਂ ਹੁੰਦੀ, ਬੱਚਾ ਬੋਲਣ ਨਹੀਂ ਲੱਗਦਾ, ਉਸਨੂੰ ਸਮਾਜ ਦੀ ਸਮਝ ਨਹੀਂ ਆਉਂਦੀ, ਤਦ ਤੱਕ ਉਸ ਦੀ ਕੁੰਡਲੀ ਸ਼ਕਤੀ ਦੇ ਵਿੱਚ ਕੋਈ ਵੀ ਸਮੱਸਿਆ ਨਹੀਂ ਹੁੰਦੀ। ਜਿਉਂ ਹੀ ਬੱਚਾ ਸਮਾਜ ਦੇ ਨਾਲ ਜੁੜਦਾ ਹੈ, ਬੱਚਾ ਭਾਸ਼ਾ ਨੂੰ ਅਪਣਾਉਂਦਾ ਹੈ, ਬੱਚੇ ਦੀ ਚੇਤਨਾ ਦੇ ਵਿੱਚ ਥੌਟਸ ਖਿਆਲ ਉਤਪੰਨ ਹੁੰਦੇ ਹਨ, ਤਦ ਫਿਰ ਕੁੰਡਲੀਨੀ ਸ਼ਕਤੀ ਦੇ ਉੱਤੇ ਪਰਦੇ ਪੈਣੇ ਸ਼ੁਰੂ ਹੋ ਜਾਂਦੇ ਹਨ, ਕੁੰਡਲੀਨੀ ਚੱਕਰ ਜੋ ਹਨ ਉਹ ਫਿੱਕੇ ਪੈਣੇ ਸ਼ੁਰੂ ਹੋ ਜਾਂਦੇ ਹਨ, ਬੱਚੇ ਦੇ ਵਿੱਚ ਡਰ ਉਤਪੰਨ ਹੋਣਾ ਸ਼ੁਰੂ ਹੋ ਜਾਂਦਾ ਹੈ, ਬੱਚਾ ਦੁੱਖ ਤਕਲੀਫ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਬੱਚਾ ਦੁੱਖ ਤਕਲੀਫ ਨੂੰ ਸਮਝਣਾ ਸ਼ੁਰੂ ਕਰ ਦੇਵੇ, ਬੱਚੇ ਵਿੱਚ ਡਰ ਪੈਦਾ ਹੋਣਾ ਸ਼ੁਰੂ ਹੋ ਜਾਵੇ, ਸਮਝ ਲਓ ਕਿ ਬੱਚੇ ਦਾ ਜੜ ਚੱਕਰ ਬਲੌਕ ਹੋਣਾ ਸ਼ੁਰੂ ਹੋ ਗਿਆ। ਅਤੇ ਇਹ ਅਸੀਂ ਖੁਦ ਆਪਣੇ ਹੱਥੀਂ ਕਰਦੇ ਹਾਂ, ਆਪਣੇ ਬੱਚਿਆਂ ਦੀ ਕੁੰਡਲੀਨੀ ਨੂੰ ਬਲੌਕ,
ਉਸ ਕੁੰਡਲੀ ਨੂੰ ਡੀਐਕਟੀਵੇਟ, ਬੱਚੇ ਦੀ ਜ਼ਿੰਦਗੀ ਨੂੰ, ਬੱਚੇ ਦੀ ਫਿਊਚਰ ਦਾ ਅਸੀਂ ਸੱਤਿਆਨਾਸ਼ ਕਰ ਦਿੰਦੇ ਹਾਂ। ਕਿਵੇਂ? ਅਸੀਂ ਬੱਚੇ ਦਾ ਕੰਪੈਰੀਜ਼ਨ ਆਪਣੇ ਗਵਾਂਢੀਆਂ ਦੇ ਬੱਚੇ ਨਾਲ ਕਰਦੇ ਹਾਂ ਵੀ ਗਵਾਂਢੀਆਂ ਦੇ ਬੱਚੇ ਦੇ 99% ਆਇਆ, ਤੂੰ 99% ਕਿਉਂ ਨਹੀਂ ਲੈ ਕੇ ਆਇਆ? ਗਵਾਂਢੀਆਂ ਦਾ ਬੱਚਾ 7.5 ਬੈਂਡ ਲੈ ਗਿਆ, ਤੂੰ ਕਿਉਂ ਨਹੀਂ ਲੈ ਕੇ ਗਿਆ? ਗਵਾਂਢੀਆਂ ਦਾ ਬੱਚਾ ਤਾਂ ਇੰਨਾ ਸਿਆਣਾ, ਤੂੰ ਕਿਉਂ ਨਹੀਂ ਸਿਆਣਾ? ਜਦੋਂ ਅਸੀਂ ਆਪਣੇ ਬੱਚੇ ਉੱਤੇ ਬਰਡਨ ਪਾਉਣੀ ਸ਼ੁਰੂ ਕਰਦੇ ਹਾਂ, ਬੱਚੇ ਨੂੰ ਅਸੀਂ ਕੰਪੇਅਰ ਕਰਦੇ ਹਾਂ, ਬੱਚੇ ਦੇ ਅੰਦਰ ਅਸੀਂ ਇੱਕ ਡਰ, ਈਗੋ ਦੀ ਭਾਵਨਾ ਪੈਦਾ ਕਰ ਦਿੰਦੇ ਹਾਂ, ਨਫ਼ਰਤ ਪੈਦਾ ਕਰ ਦਿੰਦੇ ਹਾਂ, ਜਿਸ ਦੀ ਵਜ੍ਹਾ ਦੇ ਕਰਕੇ ਬੱਚੇ ਦਾ ਡਰ ਦੇ ਕਰਕੇ ਜੜ ਚੱਕਰ ਬਲੌਕ ਹੋ ਜਾਂਦਾ ਹੈ। ਜਦੋਂ ਬੱਚੇ ਦੇ ਵਿੱਚ ਈਗੋ ਪੈਦਾ ਹੋ ਜਾਂਦੀ ਹੈ, ਬੱਚੇ ਦੇ ਵਿੱਚ ਸਾੜਾ ਪੈਦਾ ਹੋ ਜਾਂਦਾ ਹੈ, ਉਦੋਂ ਬੱਚੇ ਦਾ ਹਾਰਟ ਚੱਕਰ, ਅਣਹੰਤਾ ਚੱਕਰ ਬਲੌਕ ਹੋ ਜਾਂਦਾ ਹੈ। ਜਦੋਂ ਬੱਚਾ ਮਿਹਨਤ ਕਰਨੀ ਛੱਡ ਦਿੰਦਾ ਹੈ, ਸੁਸਤ ਰਹਿਣਾ ਸ਼ੁਰੂ ਹੋ ਜਾਂਦਾ ਹੈ, ਬੱਚੇ ਦਾ ਸਵਾਧਿਸਥਾਨ ਚੱਕਰ ਡੀਐਕਟੀਵੇਟ ਹੋ ਜਾਂਦਾ ਹੈ। ਜਦੋਂ ਬੱਚੇ ਦੇ ਵਿੱਚ ਕੁਝ ਕਰਨ ਦੀ ਭਾਵਨਾ ਨਹੀਂ ਰਹਿੰਦੀ, ਬੱਚੇ ਤੋਂ ਸਾਰੇ ਦੂਰ ਹੋਣ ਲੱਗ ਜਾਂਦੇ ਹਨ, ਬੱਚਾ ਚਿੜਚਿੜਾ ਹੋ ਜਾਂਦਾ ਹੈ, ਤਾਂ ਬੱਚੇ ਦਾ ਮਣੀਪੂਰਾ ਚੱਕਰ ਡੀਐਕਟੀਵੇਟ ਹੋ ਜਾਂਦਾ ਹੈ। ਜਦੋਂ ਬੱਚਾ ਵਿਅਰਥ ਦਾ ਬੋਲਣਾ ਸ਼ੁਰੂ ਕਰ ਦਿੰਦਾ ਹੈ, ਬੱਚਾ ਗਲਤ ਤਰੀਕੇ ਦੀਆਂ ਭਾਵਨਾਵਾਂ ਨੂੰ ਪੈਦਾ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਉਦੋਂ ਬੱਚੇ ਦਾ ਥਾਇਰਾਇਡ ਚੱਕਰ ਬਲੌਕ ਹੋ ਜਾਂਦਾ ਹੈ, ਕੰਠ ਚੱਕਰ ਬਲੌਕ ਹੋ ਜਾਂਦਾ ਹੈ। ਜਦੋਂ ਬੱਚਾ ਆਪਣੇ ਬਾਰੇ ਜਦੋਂ ਵੀ ਕੁਝ ਸੋਚੂਗਾ, ਡਰ ਕੇ ਸੋਚੂਗਾ, ਨੈਗੇਟਿਵ ਸੋਚੂਗਾ, ਉਦੋਂ ਬੱਚੇ ਦਾ ਆਗਿਆ ਚੱਕਰ ਡੀਐਕਟੀਵੇਟ ਹੋ ਜਾਂਦਾ ਹੈ। ਜਦੋਂ ਬੱਚਾ ਹੰਕਾਰੀ ਵਿਅਕਤੀ ਦੀ ਸੋਚ ਲੈ ਕੇ ਚੱਲਣਾ ਸ਼ੁਰੂ ਕਰ ਦੇਵੇਗਾ, ਬੱਚੇ ਦੇ ਵਿੱਚ ਮੈਂ ਆਉਣੀ ਸ਼ੁਰੂ ਹੋ ਜਾਵੇਗੀ, ਬੱਚਾ ਮਾਰਨ ਮਰਾਉਣ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇਗਾ, ਬੱਚੇ ਦਾ ਸਹਸਰਾ ਚੱਕਰ ਡੀਐਕਟੀਵੇਟ ਹੋ ਜਾਂਦਾ ਹੈ। ਇੱਥੇ ਆ ਕੇ ਬੱਚੇ ਦੇ ਫਿਊਚਰ ਦਾ ਸੱਤਿਆਨਾਸ਼ ਵੱਜ ਜਾਂਦਾ ਹੈ, ਬੱਚਾ ਨਸ਼ੇ ਦਾ ਆਦੀ ਹੋ ਜਾਂਦਾ ਹੈ, ਬੱਚਾ ਗਲਤ ਸੰਗਤ ਦਾ ਆਦੀ ਹੋ ਜਾਂਦਾ ਹੈ। ਇਸ ਦਾ ਜ਼ਿੰਮੇਵਾਰ ਕੌਣ? ਮਾਪੇ। ਅੱਜ ਦੇ ਮਾਪੇ ਆਪਣੇ ਬੱਚਿਆਂ ਤੋਂ ਖਹਿੜਾ ਛੁਡਾਉਂਦੇ ਹਨ, ਫੋਨ ਫੜਾ ਦਿੰਦੇ ਹਨ ਜੀ, ਬੱਚਾ ਬੜਾ ਅਸੀਂ ਖੁਸ਼ ਹੁੰਦੇ ਹਾਂ, ਬੱਚਾ ਬੜਾ ਸਾਡਾ ਸਮਾਰਟ ਆ ਜੀ, ਫੋਨ ਚਲਾ ਲੈਂਦਾ। ਜਿੰਨੀ ਜ਼ਿਆਦਾ ਜਨਰੇਸ਼ਨ ਐਡਵਾਂਸ ਹੋਵੇਗੀ, ਜਿਹੜੀ ਚੀਜ਼ ਜਿੰਨੀ ਜ਼ਿਆਦਾ ਫਲਤ ਹੋਵੇਗੀ, ਜਿੰਨੀ ਜਲਦੀ ਫਲਤ ਹੋਵੇਗੀ, ਉਹ ਓਨੀ ਜ਼ਿਆਦਾ ਸਰਵਨਾਸ਼ ਹੋਵੇਗੀ, ਓਨੀ ਜਲਦੀ ਸਰਵਨਾਸ਼ ਹੋਵੇਗੀ। ਜਿਹੜਾ ਬੂਟਾ ਬਹੁਤ ਜਲਦੀ ਵੱਧਦਾ, ਉਹ ਬੂਟਾ ਬਹੁਤ ਜਲਦੀ ਖਤਮ ਵੀ ਹੁੰਦਾ, ਜਿਹੜਾ ਬੂਟਾ ਹੌਲੀ ਹੌਲੀ ਵੱਧਦਾ ਉਸਦੀ ਉਮਰ ਵੀ ਲੰਬੀ ਜਾਂਦੀ ਆ। ਮਾਪਿਆਂ ਨੇ ਆਪਣੇ ਬੱਚਿਆਂ ਦੇ ਵਿੱਚ ਹੰਕਾਰ ਈਗੋ ਭਰ ਦਿੱਤੀ, ਬੱਚਿਆਂ ਦੇ ਵਿੱਚ ਡਰ ਭਰ ਦਿੱਤਾ, ਬੱਚਿਆਂ ਨੂੰ ਹਰ ਚੀਜ਼ ਦੇ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ, ਬੱਚੇ ਦੀ ਆਜ਼ਾਦੀ ਨੂੰ ਅਸੀਂ ਤਾਲਾ ਲਾ ਦਿੱਤਾ। ਜਦੋਂ ਬੱਚੇ ਦੀ ਆਜ਼ਾਦੀ ਨੂੰ ਅਸੀਂ ਤਾਲਾ ਲਾ ਦੇਵਾਂਗੇ, ਉਸ ਨੂੰ ਸਮਝਾਉਣ ਦੀ ਬਜਾਏ ਉਸ 'ਤੇ ਬੰਦਿਸ਼ਾਂ ਲਾ ਦੇਵਾਂਗੇ, ਉਸ ਨਾਲ ਦੋਸਤੀ ਕਰਨ ਦੀ ਬਜਾਏ, ਉਸ ਦੀ ਤਕਲੀਫਾਂ ਨੂੰ ਸਮਝਣ ਦੀ ਬਜਾਏ, ਉਸ ਨੂੰ ਸਹਾਰਾ ਦੇਣ ਦੀ ਬਜਾਏ, ਅਸੀਂ ਬੱਚੇ ਨੂੰ ਬੰਦਿਸ਼ਾਂ ਲਗਾ ਦੇਵਾਂਗੇ, ਉਸਦੀ ਆਜ਼ਾਦੀ ਨੂੰ ਖੋਹ ਲਵਾਂਗੇ, ਤਦ ਬੱਚਾ ਨੈਗੇਟਿਵ ਹੋਵੇਗਾ ਅਤੇ ਉਸਦੇ ਚੱਕਰ ਬਲੌਕ ਹੋ ਜਾਣਗੇ। ਦੂਸਰੀ ਗੱਲ, ਅਸੀਂ ਗ੍ਰਸਤ ਜੀਵਨ ਦੇ ਵਿੱਚ ਜਦੋਂ ਵਿਆਹ ਹੁੰਦੇ ਹਨ ਅਤੇ ਵਿਆਹ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਕੰਸੀਵ ਹੁੰਦੀ ਹੈ, ਤਾਂ ਮਾਂ ਨੂੰ ਪਤਾ ਤੱਕ ਨਹੀਂ ਹੁੰਦਾ ਕਿ ਉਹ ਪ੍ਰੈਗਨੈਂਟ ਹੈ, ਤਿਆਰੀ ਨਹੀਂ ਕੋਈ, ਬੱਚਾ ਆਉਣ ਵਾਲਾ ਹੈ ਦੀ ਤਿਆਰੀ ਨਹੀਂ, ਉਹਦੇ ਸਵਾਗਤ ਦੀ ਤਿਆਰੀ ਨਹੀਂ, ਪਤਾ ਨਹੀਂ ਜੀ ਪੀਰੀਅਡ ਮਿਸ ਹੋਏ ਨੇ, ਪਤਾ ਨਹੀਂ ਜੀ ਮਾਂ ਪ੍ਰੈਗਨੈਂਟ ਆ, ਅਤੇ ਇਸ ਤਰ੍ਹਾਂ ਦਾ ਬੱਚਾ ਕੀ ਕਰ ਲਵੇਗਾ?
ਸਾਡੇ ਪੁਰਾਣੇ ਬਜ਼ੁਰਗ ਸੀ, ਬੱਚੇ ਦੀ ਆਉਣ ਦੀ ਤਿਆਰੀ ਕਰਦੇ ਸੀਗੇ, ਉਸਦੇ ਸਵਾਗਤ ਦੀ ਤਿਆਰੀ ਕਰਦੇ ਸੀ। ਉਹ ਬੱਚੇ ਅਧਿਆਤਮਿਕ ਤੌਰ 'ਤੇ, ਸਮਾਜਿਕ ਤੌਰ 'ਤੇ ਬੇਹੱਦ ਜ਼ਿਆਦਾ ਮਜ਼ਬੂਤ ਸਨ। ਉਹ ਬੱਚੇ ਅਧਿਆਤਮਿਕ ਤੌਰ 'ਤੇ ਬਹੁਤ ਜ਼ਿਆਦਾ ਐਕਟਿਵ ਸਨ। ਉਹਨਾਂ 'ਚ ਮੈਂ ਹੰਕਾਰ ਈਗੋ ਨਹੀਂ ਸੀ। ਹੁਣ ਦੀਆਂ ਮਾਵਾਂ ਕੀ ਕਰਦੀਆਂ, ਫੋਨ ਖੋਲ੍ਹ ਕੇ ਬਹਿ ਜਾਂਦੀਆਂ, ਜੋ ਇੰਸਟਾਗ੍ਰਾਮ 'ਤੇ ਉਂਗਲਾਂ ਮਾਰਨ ਲੱਗਦੀਆਂ, ਐਸਾ ਬੱਚਾ ਕਦੇ ਵੀ ਅਧਿਆਤਮਿਕ ਤੌਰ 'ਤੇ ਮਜ਼ਬੂਤ ਨਹੀਂ ਹੋਵੇਗਾ। ਸਭ ਤੋਂ ਪਹਿਲੀ ਗੱਲ, ਬੱਚੇ ਦੇ ਆਉਣ ਦੇ ਲਈ ਤਿਆਰੀ ਹੋਣੀ ਜ਼ਰੂਰੀ ਹੈ। ਉਸਦੇ ਜਨਮ ਦੇ ਲਈ, ਉਸਦੇ ਆਉਣ ਦੇ ਲਈ, ਉਸਦੀ ਸਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਦੇ ਲਈ ਤਿਆਰੀ ਹੋਣੀ ਜ਼ਰੂਰੀ ਹੈ। ਬੱਚੇ ਦੇ ਚੱਕਰ ਕਦੇ ਵੀ ਬਲੌਕ ਨਹੀਂ ਹੋਣਗੇ। ਪ੍ਰੈਗਨੈਂਸੀ ਦੇ ਦੌਰਾਨ ਅਗਰ ਮਾਂ ਵਧੀਆ ਭੋਜਨ ਖਾਂਦੀ ਹੈ, ਚੰਗਾ ਭੋਜਨ ਖਾਂਦੀ ਹੈ, ਅੰਤਰ ਮਨ ਦੇ ਵਿੱਚ ਚੰਗੇ ਵਿਚਾਰ ਲੈ ਕੇ ਬੈਠਦੀ ਹੈ, ਸਮਾਧੀ ਕਰਦੀ ਹੈ, ਧਿਆਨ ਕਰਦੀ ਹੈ, ਐਸਾ ਬੱਚਾ ਅਧਿਆਤਮਿਕ ਤੌਰ 'ਤੇ, ਸਮਾਜਿਕ ਤੌਰ 'ਤੇ ਬਹੁਤ ਮਜ਼ਬੂਤ ਹੋਵੇਗਾ। ਨਾ ਉਸਨੂੰ ਬਿਮਾਰੀ ਲੱਗੇਗੀ, ਨਾ ਉਸਨੂੰ ਕੋਈ ਚਿੰਤਾ ਹੋਵੇਗੀ, ਨਾ ਉਸਦੀ ਜ਼ਿੰਦਗੀ 'ਚ ਕਦੇ ਕੋਈ ਗਰੀਬੀ ਆਵੇਗੀ। ਇਸ ਤਰ੍ਹਾਂ ਦਾ ਬੱਚਾ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਮਜ਼ਬੂਤ ਹੋਵੇਗਾ। ਸੋ ਆਪਣੇ ਬੱਚਿਆਂ ਦੇ ਨਾਲ ਐਪਰੀਸ਼ੀਏਟ ਕਰਿਆ ਕਰੋ, ਉਹਨਾਂ ਨੂੰ ਫੋਨ ਨਾ ਫੜਾ ਦਿਆ ਕਰੋ, ਬੈਠੇ ਵੇਖੀ ਜਾਓ। ਕਦੇ ਵੀ ਬੱਚਿਆਂ ਨੂੰ ਇਸ ਤਰ੍ਹਾਂ ਦੇ ਸੰਗੀਤ ਸੁਣਨ ਲਈ ਪ੍ਰੇਰਿਤ ਨਾ ਕਰੋ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਫਲਾਨਾ ਉਨਾ, ਮੈਂ ਧਿੰਕੜਾ ਉਨਾ। ਬੱਚਿਆਂ ਨੂੰ ਅਧਿਆਤਮਿਕਤਾ ਦੇ ਨਾਲ ਜੋੜੋ, ਬੱਚਿਆਂ ਨੂੰ ਧਰਮ ਦੇ ਨਾਲ ਜੋੜੋ। ਧਰਮ ਪਖੰਡ ਨਹੀਂ, ਧਰਮ ਇੱਕ ਵਿਗਿਆਨ ਹੈ। ਜਿਨ੍ਹਾਂ ਨੂੰ ਧਰਮ ਤੋਂ ਨਫ਼ਰਤ ਹੈ, ਉਹ ਪਹਿਲਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ, ਉਹਨਾਂ ਨੂੰ ਸਮਝਣ, ਉਹਨਾਂ ਦਾ ਅਧਿਐਨ ਕਰਨ, ਧਿਆਨ ਦੀਆਂ ਵਿਧੀਆਂ ਦਾ ਅਧਿਐਨ ਕਰਨ, ਤਾਂ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਕੁਝ ਇਸ ਗ੍ਰੰਥਾਂ ਦੇ ਵਿੱਚੋਂ ਮਿਲੇਗਾ। ਸੋ ਆਪਣੇ ਬੱਚਿਆਂ ਦੀ ਕੁੰਡਲੀਨੀ ਸ਼ਕਤੀ ਨੂੰ ਬਲੌਕ ਨਾ ਕਰੋ, ਉਹਨਾਂ ਦੇ ਨਾਲ ਐਪਰੀਸ਼ੀਏਟ ਕਰੋ, ਉਹਨਾਂ ਨੂੰ ਅਧਿਆਤਮਿਕ ਤੌਰ 'ਤੇ, ਧਾਰਮਿਕ ਤੌਰ 'ਤੇ ਮਜ਼ਬੂਤ ਕਰੋ। ਜਦੋਂ ਬੱਚਾ ਸਮਾਜਿਕ ਤੌਰ 'ਤੇ ਚਿੰਤਾ ਵਿੱਚ ਜਾਵੇਗਾ, ਦੁੱਖ ਵਿੱਚ ਜਾਵੇਗਾ, ਡਰ ਵਿੱਚ ਜਾਵੇਗਾ, ਹੰਕਾਰ ਵਿੱਚ ਜਾਵੇਗਾ, ਉਸਦੀ ਕੁੰਡਲੀਨੀ ਬਲੌਕ ਹੋਵੇਗੀ ਹੋਵੇਗੀ। ਕਿਉਂ ਨਾ ਸਮਾਂ ਰਹਿੰਦਿਆਂ ਬੱਚਿਆਂ ਨੂੰ ਐਪਰੀਸ਼ੀਏਟ ਕਰੀਏ ਅਤੇ ਉਹਨਾਂ ਦੀ ਕੁੰਡਲੀ ਨੂੰ ਅਸੀਂ ਬਲ ਦੇਈਏ, ਉਹਨਾਂ ਨੂੰ ਅਸੀਂ ਪੋਜ਼ਿਟਿਵ ਰੱਖੀਏ, ਉਹਨਾਂ ਦੇ ਚੱਕਰ ਬਲੌਕ ਹੋਣ ਹੀ ਨਾ ਦੇਈਏ। ਸੋ ਖੁਦ ਵੀ ਧਿਆਨ ਕਰੋ, ਬੱਚਿਆਂ ਨੂੰ ਵੀ ਕਰਾਓ। ਸੋ ਮੈਨੂੰ ਆਸ ਹੈ ਤੁਹਾਨੂੰ ਅੱਜ ਦਾ ਸਾਡਾ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਹੋਵੇਗਾ ਅਤੇ ਮਾਪਿਆਂ ਨੇ ਇਹ ਵਿਸ਼ਾ ਬੜੇ ਧਿਆਨ ਨਾਲ ਸੁਣਿਆ ਹੋਵੇਗਾ। ਕਮੈਂਟਾਂ ਦੇ ਵਿੱਚ ਰਾਇ ਦਿਓ ਅਤੇ ਆਪਣੇ ਵਿਚਾਰ ਦੱਸੋ ਅਤੇ ਜੋ ਵੀ ਤੁਹਾਡਾ ਸਵਾਲ ਹੈ ਉਹ ਤੁਸੀਂ ਕਰ ਸਕਦੇ ਹੋ। ਧੰਨਵਾਦ, ਮਿਲਦੇ ਹਾਂ ਫਿਰ ਕਿਸੇ ਹੋਰ ਵਿਸ਼ੇ ਦੇ ਵਿੱਚ, ਹੋਰ ਵੀਡੀਓ ਦੇ ਨਾਲ।